ਵੀ ਬਹੁਤ ਵੱਡੀ ਪੱਧਰ 'ਤੇ ਹੋ ਗਈ ਹੈ। ਚਲੋ ਅਸੀਂ ਉਹ ਦੇਖ ਕੇ ਜਦੋਂ ਸਾਡੇ ਧਿਆਨ 'ਚ 90 ਕੁ ਲੱਖ ਰੁਪਇਆ ਆਇਆ, ਅਸੀਂ ਜਾ ਕੇ SSP ਸਾਹਿਬ ਨੂੰ ਮਿਲ ਕੇ 24 ਕੁ ਘੰਟਿਆਂ 'ਚ ਅਸੀਂ FIR ਕਰਾ ਕੇ ਅਤੇ ਉਦੋਂ ਮਗਰੋਂ ਜਾਂਚ ਚੱਲ ਰਹੀ ਹੈ ਜੀ। ਹੁਣ ਅਸੀਂ 1,39,00,000 'ਤੇ ਪਹੁੰਚ ਚੁੱਕੇ ਹਾਂ ਅਤੇ ਹਜੇ ਵੀ ਜਾਂਚ ਚੱਲਦੀ ਹੈ। 4 ਛੁੱਟੀਆਂ ਆ ਗਈਆਂ ਅਤੇ ਅੱਜ ਸੋਮਵਾਰ ਫਿਰ ਸਟਾਰਟ ਦਾ ਇਹ ਜਾਂਦੀ ਇਸ ਤਰ੍ਹਾਂ ਵੀ ਲੰਮਾ ਸਮਾਂ ਉੱਥੇ ਬੈਠਣ ਦਾ ਕਾਰਨ ਬਣਿਆ ਇਹ ਬੈਂਕਾਂ ਦੇ ਵਿੱਚ। ਹੋਰ ਬੈਂਕਾਂ ਵੀ ਜਿੱਥੇ ਵੀ 5 ਸਾਲ ਲੱਗਿਆ ਸਾਡਾ ਮੈਨੂੰ ਸਾਰੇ ਜਾਂਚ ਕਰਾ ਰਹੇ ਹਾਂ, ਕੋਈ ਦਿੱਕ ਹੋਈ ਵੀ ਹੈ ਜਾਂਚ, ਇਹ ਜਾਂਚ ਚੱਲ ਰਹੀ ਹੈ ਜੀ। ਅਜੇ ਸਾਨੂੰ ਐਂ ਲੱਗਦਾ ਵੀ ਅੱਗੇ ਵੀ ਬਹੁਤ ਵਧਣ ਦੀ ਸੰਭਾਵਨਾ ਇਹਦੀ। ਪਹਿਲਾਂ ਉਹ PN ਭਰਤੀ ਹੋਏ ਸੀਗੇ, ਫਿਰ ਕਲਰਕ ਬਣੇ, ਫਿਰ ਅਕਾਊਂਟੈਂਟ ਬਣੇ, ਫਿਰ ਅਸਿਸਟੈਂਟ ਮੈਨੇਜਰ, ਹੁਣ ਅਸਿਸਟੈਂਟ ਮੈਨੇਜਰ ਆ। ਜਿਸ ਤਰ੍ਹਾਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਬਹੁਤ ਸਾਰੇ ਫਾਰਮਰਸ ਨੂੰ ਜਦੋਂ ਕੋਈ ਆਪਦੀ ਲਿਮਿਟ ਵਧਾਉਣੀ ਹੁੰਦੀ ਆ ਜਾਂ ਕਿਸੇ ਕਾਰਨ ਕਰਕੇ ਆਪਦੀ ਲਿਮਿਟ ਬੰਦ ਕਰਾਉਣੀ ਹੁੰਦੀ ਆ, ਉਹ ਆਪਦੇ ਸਾਰੇ ਪੈਸੇ ਭਰ ਕੇ ਬੈਂਕ ਤੋਂ ਨੋ ਡਿਊ ਸਰਟੀਫਿਕੇਟ ਲੈ ਲੈਂਦੇ ਅਤੇ ਨੋ ਡਿਊ ਸਰਟੀਫਿਕੇਟ ਲੈ ਕੇ ਉਹ ਆਪਦੇ ਰੈਵਨਿਊ ਡਿਪਾਰਟਮੈਂਟ 'ਚ ਪਟਵਾਰੀ ਹਲਕਾ ਪਟਵਾਰੀ ਨੂੰ ਦੇ ਦਿੰਦੇ ਆ ਅਤੇ ਉਹਨਾਂ ਦੀ ਜ਼ਮੀਨ ਫੱਕ ਕਰ ਦਿੰਦੇ ਆ। ਜ਼ਿਆਦਾ ਲੰਮਾ ਸਮਾਂ ਉੱਥੇ ਰਹਿ ਚੁੱਕੇ ਸੀਗੇ, ਲੋਕਾਂ ਨਾਲ ਬਣਦੀ ਸੀ ਅਤੇ ਉਹਨਾਂ ਦੀ ਚੈੱਕ ਬੁੱਕ ਵਗੈਰਾ ਇਹ ਲੈ ਲੈਂਦੇ ਸੀ ਸਮੇਂ ਤੱਕ। ਜਿੰਨੇ ਵੀ ਅਸੀਂ ਹੁਣ ਤੱਕ ਅਕਾਊਂਟ ਟਰੇਸ ਕੀਤੇ ਆ ਉਹਦੇ 'ਚੋਂ ਅਮਾਊਂਟਸ ਜ਼ਿਆਦਾ ਟ੍ਰਾਂਸਫਰ ਹੋ ਕੇ ਇਹਨਾਂ ਦੀ ਵਾਈਫ ਦੇ ਅਕਾਊਂਟ ਦੇ ਥਰੂ, ਇਹਨਾਂ ਦੀ ਬੇਟੀ ਦੇ ਅਕਾਊਂਟ 'ਚ ਆਈਆਂ ਨੇ ਅਤੇ ਇਸ ਤਰੀਕੇ ਇਹਨਾਂ ਨੇ ਜਿਹੜੇ ਫਾਰਮਰਸ ਆਪਦਾ ਅਕਾਊਂਟ ਬੰਦ ਕਰਾ ਚੁੱਕੇ ਸੀਗੇ, ਫੱਕ ਹੋ ਚੁੱਕੀ ਸੀ ਜਿਹਨਾਂ ਦੀ ਲੈਂਡ ਰੈਵਨਿਊ 'ਚ, ਉਹਨਾਂ ਦੇ ਅਕਾਊਂਟ 'ਚ ਜ਼ਿਆਦਾ ਠੱਗੀ ਮਾਰੀ ਆ। ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਇੱਥੇ ਸਾਡੇ ਪਹੁੰਚਣ 'ਤੇ ਜੀ। ਆਖਦਾ ਮਸਲਾ ਤਾਂ ਜੀ ਇੱਥੇ ਨਾ ਪਹਿਲਾਂ ਜੋ ਬੈਂਕ ਦੇ ਵਿੱਚ ਮੈਨੇਜਰ 'ਤੇ ਉਹ ਇੱਕੋ ਹੀ ਸੀਟ 'ਤੇ, ਕੋਈ 25 ਸਾਲ ਦਾ, ਕੋਈ 26 ਸਾਲ ਦਾ, ਕੋਈ 29 ਸਾਲ, ਸਾਰੇ ਸਰਵਿਸ ਇੱਕ ਸੀਟ 'ਤੇ ਉਹ ਚੱਲ ਰਹੇ ਸੀ। ਸਾਡਾ ਜਿਹੜਾ ਬੋਰਡ ਬਣਿਆ ਹੈ 19 ਸਾਲਾਂ ਮਗਰੋਂ ਬਣਿਆ ਹੈਗਾ, ਪਹਿਲਾਂ ਇੱਥੇ 19 ਸਾਲ ਬੋਰਡ ਨਹੀਂ ਬਣਿਆ ਹੈਗਾ। ਜਦੋਂ ਬੋਰਡ ਬਣਨ ਦੇ ਮਗਰੋਂ ਪਿਛਲੀ 7 ਤਰੀਕ ਨੂੰ ਮੈਂ ਚੇਅਰਮੈਨ ਬਣਿਆਗਾ ਅਤੇ ਉਹ ਅਸੀਂ ਬੋਰਡ ਦੇ ਵਿੱਚ ਏਜੰਡਾ ਲਿਆਉਂਦਾ ਵੀ ਜਿਹੜੇ 5 ਸਾਲ ਦੇ ਇੱਕ ਸੀਟ 'ਤੇ ਬੈਠੇ ਨੇ ਉਹ ਏਜੰਡੇ 'ਚ ਲਿਆ ਕੇ ਪਾਸ ਕੀਤਾ ਵੀ ਉਹਨਾਂ ਦੇ ਸਾਰਿਆਂ ਦੇ ਬਦਲੀਆਂ ਕੀਤੀਆਂ ਜਾਣ। 3 ਸਾਲਾਂ ਦਾ ਪਹਿਲਾਂ ਅਸੀਂ ਬਦਲੀਆਂ ਕੀਤੀਆਂ ਨੇ ਜੀ। ਉਹ ਬਦਲੀਆਂ ਦੇ ਵਿੱਚ ਜਦੋਂ ਅਸੀਂ ਇਹ ਬਦਲੇ ਜਿਹੜੇ ਬੈਠੇ ਤੇ ਉਹਨਾਂ ਸੀਟਾਂ 'ਤੇ, ਉੱਥੇ ਨਵੇਂ ਮੈਨੇਜਰ ਜਾ ਕੇ ਦੂਜੇ ਲੱਗੇ, ਉਹਨਾਂ ਇਹ ਜਾ ਕੇ ਇਸ ਬ੍ਰਾਂਚ ਦੇ ਵਿੱਚ 27 ਸਾਲ ਦੀ ਸਰਵਿਸ ਸੀ ਇਹਦੀ, ਇਹ ਜਾ ਕੇ ਮੈਨੇਜਰ ਨੇ ਜਾ ਕੇ ਚੈੱਕ ਕੀਤਾ ਪਹਿਲੀ ਸਟਾਰਟਿੰਗ ਦੇ ਵਿੱਚ ਹੀ ਉਹਨੂੰ, ਉੱਥੇ ਪਹਿਲੀਆਂ ਅੰਤਾਈਆਂ ਆਈਆਂ ਉਹਦੇ ਵਿੱਚ ਘਪਲੇ ਦੀਆਂ। ਉਹਨਾਂ ਨੇ ਮੈਨੂੰ ਵੀ ਫੋਨ ਕੀਤਾ, MD ਸਾਹਿਬ ਨੂੰ ਫੋਨ ਕੀਤਾ ਉਹਨੇ ਵੀ ਇਹ ਤਾਂ ਜੀ ਇੱਥੇ, ਉਹ ਜੀ ਜਦੋਂ ਜਾ ਕੇ ਉਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਇੱਥੋਂ ਟੀਮ ਬਣਾ ਕੇ ਭੇਜਤੀ, ਉੱਥੇ 4 ਮੈਨੇਜਰਾਂ, ਸੀਨੀਅਰ ਮੈਨੇਜਰ ਗੁਰਮੇਲ ਸਿੰਘ ਨੇ ਨਾਲ ਸਾਰੇ ਮੈਨੇਜਰ ਨੇ ਟੀਮ ਬਣਾ ਕੇ ਭੇਜੀ। ਜਾ ਕੇ ਉਹਨਾਂ ਨੇ ਚੈੱਕ ਕੀਤਾ, ਉਹਦੇ ਵਿੱਚ ਗਾਹਾਂ ਅੰਤਾਈਆਂ ਬਹੁਤ ਵੱਡੀਆਂ ਆਈਆਂ ਜਿੱਥੇ ਜਿੱਥੇ ਇਹਨਾਂ ਨੇ ਚੈੱਕ ਕੀਤਾ, ਉਹਦੇ ਲਿਮਟਾਂ ਦੇ ਵਿੱਚ ਹੇਰ ਫੇਰ ਕੀਤਾ ਹੋਇਆ। ਤੋ ਇਹਨਾਂ ਨੇ ਫਿਰ ਸ਼ਾਮ ਨੂੰ ਸਾਨੂੰ ਦੱਸਿਆ ਵੀ ਇਹਦਾ ਗਾਹਾਂ ਬਹੁਤ ਜਾਂਚ ਦਾ ਵਿਸ਼ਾ ਹੈਗਾ, ਵੀ ਬਹੁਤ ਵੱਡੀ ਪੱਧਰ 'ਤੇ ਹੋਈ ਹੈ। ਚਲੋ ਅਸੀਂ ਉਹ ਦੇਖ ਕੇ ਜਦੋਂ ਸਾਡੇ ਧਿਆਨ 'ਚ 90 ਕੁ ਲੱਖ ਰੁਪਇਆ ਆਇਆ, ਅਸੀਂ ਜਾ ਕੇ SSP ਸਾਹਿਬ ਨੂੰ ਮਿਲ ਕੇ 24 ਕੁ ਘੰਟਿਆਂ 'ਚ ਅਸੀਂ FIR ਕਰਾ ਕੇ ਅਤੇ ਉਦੋਂ ਮਗਰੋਂ ਜਾਂਚ ਚੱਲ ਰਹੀ ਹੈ ਜੀ। ਹੁਣ ਅਸੀਂ 1,39,00,000 'ਤੇ ਪਹੁੰਚ ਚੁੱਕੇ ਹਾਂ ਅਤੇ ਹਜੇ ਵੀ ਜਾਂਚ ਚੱਲਦੀ ਹੈ। 4 ਛੁੱਟੀਆਂ ਆ ਗਈਆਂ ਅਤੇ ਅੱਜ ਸੋਮਵਾਰ ਫਿਰ ਸਟਾਰਟ ਦਾ ਇਹ ਜਾਂਦੀ ਇਸ ਤਰ੍ਹਾਂ ਵੀ ਲੰਮਾ ਸਮਾਂ ਉੱਥੇ ਬੈਠਣ ਦਾ ਕਾਰਨ ਬਣਿਆ ਇਹ ਬੈਂਕਾਂ ਦੇ ਵਿੱਚ। ਹੋਰ ਬੈਂਕਾਂ ਵੀ ਜਿੱਥੇ ਵੀ 5 ਸਾਲ ਲੱਗਿਆ ਸਾਡਾ ਮੈਨੇ ਸਾਰੇ ਜਾਂਚ ਕਰਾ ਰਹੇ ਹਾਂ, ਕੋਈ ਦਿੱਕ ਹੋਈ ਵੀ ਹੈ ਜਾਂਚ, ਇਹ ਜਾਂਚ ਚੱਲ ਰਹੀ ਹੈ ਜੀ। ਅਜੇ ਸਾਨੂੰ ਐਂ ਲੱਗਦਾ ਵੀ ਅੱਗੇ ਵੀ ਬਹੁਤ ਵਧਣ ਦੀ ਸੰਭਾਵਨਾ ਇਹਦੀ ਅਤੇ ਬਾਕੀ ਇਹ ਇੱਥੇ ਤੱਕ ਠੱਗੀ ਹੁੰਦੀ ਕਿਵੇਂ ਸੀ, ਕਿਵੇਂ ਠੱਗੀ ਹੁੰਦੀ ਸੀ? ਉਹ ਠੱਗੀ ਸਾਨੂੰ ਸਾਰੀ MD ਸਾਹਿਬ ਦੱਸ ਦਿੰਦੇ ਨੇ ਉਹਦੇ 'ਚ, MD ਸਾਹਿਬ ਸਾਨੂੰ ਡਿਟੇਲ ਨਾਲ ਦੱਸ ਦਿੰਦੇ ਨਾ ਉਹਦੇ ਵਿੱਚ। 2000 ਆਨਵਰਡਸ ਅਸੀਂ ਰਿਕਾਰਡ ਉਹਦਾ ਕੱਢਿਆ, 2000 ਤੋਂ ਲੈ ਕੇ 2018 ਤੱਕ ਉਹ ਇੱਕ ਵਾਰੀ ਉੱਥੇ ਰਹੇ ਆ। ਕਿੰਨਾ ਜੀ? ਕਿੰਨਾ? 2000 ਤੋਂ ਲੈ ਕੇ 2018 ਤੱਕ। ਉਸ ਤੋਂ ਪਹਿਲਾਂ ਦਾ ਵੀ ਰਿਕਾਰਡ ਸਾਨੂੰ ਨਹੀਂ ਲੱਭਿਆ ਬ੍ਰਾਂਚ 'ਚੋਂ, ਪਰ ਜਿੰਨਾ ਸਾਨੂੰ ਪਤਾ ਉਹ 'ਚ 2000 ਤੋਂ ਲੈ ਕੇ 2018 ਤੱਕ ਉਹ ਇੱਕੋ ਬ੍ਰਾਂਚ ਹੀ ਰਹੇ ਆ। 2018 'ਚ ਉਹਨਾਂ ਦੀ ਬ੍ਰਾਂਚ ਚੀਮੇ 'ਚ ਸੇਮ ਪੋਸਟ 'ਤੇ ਐਜ਼ ਏ ਬ੍ਰਾਂਚ ਮੈਨੇਜਰ, ਮਤਲਬ ਕਿ ਪਹਿਲਾਂ ਉਹ PN ਭਰਤੀ ਹੋਏ ਸੀਗੇ, ਫਿਰ ਕਲਰਕ ਬਣੇ, ਫਿਰ ਅਕਾਊਂਟੈਂਟ ਬਣੇ, ਫਿਰ ਅਸਿਸਟੈਂਟ ਮੈਨੇਜਰ, ਹੁਣ ਅਸਿਸਟੈਂਟ ਮੈਨੇਜਰ ਆ। ਅਤੇ
2018 'ਚ ਇਹਨਾਂ ਦੀ ਬਦਲੀ ਕੀਤੀ ਗਈ ਸੀਗੀ ਕਾਲਾਝਾੜ ਬ੍ਰਾਂਚ ਦੀ। ਉਸ ਟਾਈਮ ਮੈਂ ਹੀ ਇੱਥੇ ਜ਼ਿਲ੍ਹਾ ਮੈਨੇਜਰ ਸੀ। ਉਸ ਟਾਈਮ ਵੀ ਅਸੀਂ 5 ਸਾਲ ਤੋਂ ਉੱਤੇ ਵਾਲੇ ਕਈ ਬੰਦੇ ਬਦਲੇ ਸੀ। 2018 'ਚ ਜੁਲਾਈ 'ਚ ਕੀਤੀ ਸੀਗੀ ਅਤੇ ਉਸ ਤੋਂ ਬਾਅਦ 5 ਕੁ ਮਹੀਨੇ ਉੱਥੇ ਰਹੇ। ਉਸ ਤੋਂ ਬਾਅਦ ਦੁਬਾਰਾ ਗਏ, ਉੱਥੇ ਚਲੇ ਗਏ ਸੀਗੇ। ਅਤੇ ਟੋਟਲ ਸਰਵਿਸ ਇਹਨਾਂ ਦੀ ਯਾਨੀ ਕਿ 24 ਸਾਲ ਦੇ ਲਗਭਗ ਇੱਕੋ ਬ੍ਰਾਂਚ ਦੀ ਆ। ਅਲੱਗ ਅਲੱਗ ਅਹੁਦਿਆਂ 'ਤੇ ਰਹਿੰਦੇ ਹੋਏ ਅਤੇ ਜ਼ਿਆਦਾਤਰ ਚੀਮੇ ਬ੍ਰਾਂਚ ਹੀ ਰਹੇ ਆ। ਅਤੇ ਉੱਥੇ ਇਹਨਾਂ ਦੀ ਇਲਾਕੇ 'ਚ ਗੁੱਡਵਿਲ ਬੜਾ ਇਹਨਾਂ 'ਤੇ ਭਰੋਸਾ ਕਰਦੇ ਸੀਗੇ ਅਤੇ ਸੁਭਾਅ ਵੀ ਵਧੀਆ ਸੀ, ਇੱਕ ਦੂਜੇ ਨਾਲ ਗੱਲਬਾਤ ਵੀ ਵਧੀਆ ਕਰਦੇ ਸੀਗੇ। ਜਿਸ ਤਰ੍ਹਾਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਬਹੁਤ ਸਾਰੇ ਫਾਰਮਰਸ ਨੂੰ ਜਦੋਂ ਕੋਈ ਆਪਦੀ ਲਿਮਿਟ ਵਧਾਉਣੀ ਹੁੰਦੀ ਆ ਜਾਂ ਕਿਸੇ ਕਾਰਨ ਕਰਕੇ ਆਪਦੀ ਲਿਮਿਟ ਬੰਦ ਕਰਾਉਣੀ ਹੁੰਦੀ ਆ, ਉਹ ਆਪਦੇ ਸਾਰੇ ਪੈਸੇ ਭਰ ਕੇ ਬੈਂਕ ਤੋਂ ਨੋਡਿਊ ਸਰਟੀਫਿਕੇਟ ਲੈ ਲੈਂਦੇ ਆ ਅਤੇ ਨੋਡਿਊ ਸਰਟੀਫਿਕੇਟ ਲੈ ਕੇ ਉਹ ਆਪਦੇ ਰੈਵਨਿਊ ਡਿਪਾਰਟਮੈਂਟ 'ਚ ਪਟਵਾਰੀ ਹਲਕਾ ਪਟਵਾਰੀ ਨੂੰ ਦੇ ਦਿੰਦੇ ਆ ਅਤੇ ਉਹਨਾਂ ਦੀ ਜ਼ਮੀਨ ਫੱਕ ਕਰ ਦਿੰਦੇ ਆ। ਜਿਹੜਾ ਅਕਾਊਂਟ ਆ ਉਹ ਜ਼ੀਰੋ ਕਰਕੇ ਨਿਲ ਕਰਨਾ ਹੁੰਦਾ, ਅਕਾਊਂਟ ਬੰਦ ਕਰਨਾ ਹੁੰਦਾ ਸਿਸਟਮ 'ਚੋਂ। ਇਹਨਾਂ ਨੇ ਨੋਡਿਊ ਦੇਣ ਤੋਂ ਬਾਅਦ ਅਕਾਊਂਟ ਜ਼ੀਰੋ ਦਾ ਬੈਲੈਂਸ ਕਰਤਾ ਪਰ ਅਕਾਊਂਟ ਬੰਦ ਨਹੀਂ ਕੀਤਾ ਸਿਸਟਮ 'ਚੋਂ। ਅਤੇ ਲੇਟਰ ਔਨ ਜਿਹੜੇ ਉਹ ਕਿਉਂਕਿ ਲੋਕਲ ਜ਼ਿਆਦਾ ਲੰਮਾ ਸਮਾਂ ਉੱਥੇ ਰਹਿ ਚੁੱਕੇ ਸੀਗੇ, ਲੋਕਾਂ ਨਾਲ ਬਣਦੀ ਸੀ ਅਤੇ ਉਹਨਾਂ ਦੀ ਚੈੱਕਬੁੱਕ ਵਗੈਰਾ ਇਹ ਲੈ ਲੈਂਦੇ ਸੀ ਸਾਈਨ ਕਰਾ ਕੇ। ਜਿੰਨੇ ਵੀ ਅਸੀਂ ਹੁਣ ਤੱਕ ਅਕਾਊਂਟ ਟਰੇਸ ਕੀਤੇ ਉਹਦੇ 'ਚੋਂ ਅਮਾਊਂਟਸ ਜ਼ਿਆਦਾ ਟ੍ਰਾਂਸਫਰ ਹੋ ਕੇ ਇਹਨਾਂ ਦੀ ਵਾਈਫ ਦੇ ਅਕਾਊਂਟ ਦੇ ਥਰੂ, ਇਹਨਾਂ ਦੀ ਬੇਟੀ ਦੇ ਅਕਾਊਂਟ 'ਚ ਆਈਆਂ ਨੇ। ਅਤੇ ਇਸ ਤਰੀਕੇ ਇਹਨਾਂ ਨੇ ਜਿਹੜੇ ਫਾਰਮਰਸ ਆਪਦਾ ਅਕਾਊਂਟ ਬੰਦ ਕਰਾ ਚੁੱਕੇ ਸੀਗੇ, ਫੱਕ ਹੋ ਚੁੱਕੀ ਸੀ ਜਿਹਨਾਂ ਦੀ ਲੈਂਡ ਰੈਵਨਿਊ 'ਚ, ਉਹਨਾਂ ਦੇ ਅਕਾਊਂਟ 'ਚ ਜ਼ਿਆਦਾ ਠੱਗੀ ਮਾਰੀ ਆ। ਜ਼ਮੀਨ 'ਤੇ ਅਗੇਂਸਟ ਉਹਨਾਂ ਨੇ ਲੋਨ ਲਿਆ ਸੀ, ਉਹ ਜ਼ਮੀਨ ਤਾਂ ਉਹਨਾਂ ਦੀ ਫੱਕ ਹੋ ਗਈ, ਉਹ ਤਾਂ ਆਪਦੀ ਸਿਕਿਉਰਟੀ ਵਾਪਸ ਲੈ ਗਏ, ਰੈਵਨਿਊ 'ਚੋਂ ਵੀ ਰਿਕਾਰਡ ਆਪਦਾ ਉਹ ਆਪਦਾ ਫੱਕ ਕਰਵਾ ਚੁੱਕੇ ਆ। ਅਤੇ ਸਾਰੀ ਜਿਹੜੀ ਠੱਗੀ ਆ ਉਹ ਇਸ ਟਾਈਮ ਬੈਂਕ ਨਾਲ ਵੱਜੀ ਆ। ਇਹ ਜੀ ਹੁਣ ਤੱਕ ਅਸੀਂ ਜਿਹੜਾ ਜਾਂਚ ਦਾ ਵਿਸ਼ਾ ਇਨਵੈਸਟੀਗੇਸ਼ਨ ਟੀਮ ਚੱਲ ਰਹੀ ਆ, ਮੈਂ ਖੁਦ ਉੱਥੇ 2 ਦਿਨ ਗਿਆ ਵਾਂ, ਜੇ ਮੈਂ ਨਾਲ ਹੀ ਜਾ ਕੇ ਟੀਮ 'ਤੇ ਚੈੱਕ ਕੀਤਾ ਅਤੇ ਸਾਡੇ ਕੋਲ ਜਿਹੜੀ ਕਿ ਜੋ ਇਸ ਟਾਈਮ ਤੱਕ ਫਿਗਰ ਆਈ ਆ ਉਹ ਹੁਣ 1,39,13,000 ਦੀ ਆ ਇਸ ਟਾਈਮ। ਅਤੇ ਫਰਦਰ ਹੁਣ ਇਨਵੈਸਟੀਗੇਸ਼ਨ ਜਿੱਦਾਂ ਜਿੱਦਾਂ ਚੱਲ ਰਹੀ ਆ ਉਵੇਂ ਉਵੇਂ, ਕਿਉਂਕਿ ਰਿਕਾਰਡ ਬਹੁਤ ਪਿੱਛੇ ਤੱਕ ਚੈੱਕ ਕੀਤਾ ਜਾਂਦਾ। 16 ਖਾਤੇ 16 ਖਾਤੇ ਉਹ ਜੀ ਜਿਨ੍ਹਾਂ ਲਈ ਅਸੀਂ ਕਨਫਰਮ ਹੋ ਚੁੱਕੇ ਹਾਂ। ਓਵਰ 70-80 ਲਿਮਿਟਾਂ ਤੋਂ ਵੱਧ ਬੰਦੇ ਇਹੋ ਜਿਹੇ ਮਿਲੇ ਨੇ ਜਿਨ੍ਹਾਂ ਦੀ ਯਾਨੀ ਕਿ ਜੋ ਅਸੀਂ ਪੁੱਛਿਆ ਜੋ ਸਾਡੇ ਸਿਸਟਮ 'ਚ ਬੋਲਦਾ ਉਹੀ ਉਹਨਾਂ ਦੀ ਦੇਣਦਾਰੀ ਆ ਅਤੇ ਉਹੀ ਫਰਦ ਸਾਡੇ ਕੋਲ ਪਈ ਆ। ਇਸ ਮੀਨਸ ਇਟ ਮੀਨਸ ਉਹ ਸਹੀ ਨੇ ਅਤੇ ਹਲੇ ਯਾਨੀ ਕਿ ਜੋ ਸਾਰੇ ਅਕਾਊਂਟ ਕਵਰ ਹੋਣਗੇ ਫਿਰ ਹੀ ਆਪਾਂ ਕਹਿ ਸਕਦੇ ਹਾਂ ਵੀ ਕਿੰਨੇ ਅਮਾਊਂਟ ਆ। ਸਰ ਹੋਰ ਬੈਂਕਾਂ 'ਚ ਵੀ ਤੁਹਾਡੇ ਕੋਲੋਂ ਅਜਿਹੀ ਚੈੱਕਿੰਗ? ਦੇਖੋ ਜੀ ਮੈਂ 2 ਬ੍ਰਾਂਚਾਂ ਚੈੱਕ ਕੀਤੀਆਂ ਨੇ, ਬ੍ਰਾਂਚਾਂ ਤਾਂ ਕਾਫੀ ਚੈੱਕ ਕੀਤੀਆਂ ਨੇ ਪਰ 2 ਬ੍ਰਾਂਚਾਂ 'ਚ ਮੈਨੂੰ ਜਿੱਥੇ ਕਮੀਆਂ ਪੇਸ਼ੀਆਂ ਮੇਰੇ ਸਾਹਮਣੇ ਆਈਆਂ ਅਤੇ ਦੋਨੇ ਬੰਦੇ ਮੈਂ ਸਸਪੈਂਡ ਕੀਤੇ ਆ। ਰਾਈਟ ਵੇ ਮੈਂ ਜਿੱਦਣ ਮੈਂ ਇਹ ਚੈੱਕ ਕੀਤੀ ਸੀ ਬ੍ਰਾਂਚ ਚੀਮਾ 19 ਤਰੀਕ ਨੂੰ ਸ਼ਾਇਦ, ਅਤੇ ਉਦੋਂ ਹੀ ਮੈਂ ਸ਼ਾਮ ਨੂੰ ਇਹਨੂੰ ਸਸਪੈਂਡ ਕਰਤਾ ਸੀ। ਚੀਮਾ 19 ਜਨਵਰੀ ਨੂੰ? ਹਾਂਜੀ। ਦੂਜੀ ਬ੍ਰਾਂਚ ਕਿਹੜੀ? ਇੱਕ ਮੈਂ ਬ੍ਰਾਂਚ ਚੈੱਕ ਕੀਤੀ ਸੀ ਜੀ 12 ਤਰੀਕ ਨੂੰ ਭਿੰਡਰਾਂ, ਉੱਥੇ ਮੈਨੂੰ ਕੋਈ ਗੜਬੜ ਲੱਗੀ ਸੀਗੀ। ਚਲੋ ਹਾਂਜੀ ਹਾਂਜੀ ਭਿੰਡਰਾਂ ਬ੍ਰਾਂਚ, ਅਤੇ ਉਹ ਬ੍ਰਾਂਚ ਮੈਨੇਜਰ ਨੂੰ ਵੀ ਅਸੀਂ ਸੇਮ ਡੇ ਸਸਪੈਂਡ ਕਰ ਦਿੱਤਾ। ਉਹ ਸੀ ਨਵੀਨ ਕੁਮਾਰ ਜੀ। ਦੀਪਿੰਦਰ ਨੂੰ 19 ਨੂੰ ਕੀਤਾ ਜੀ? ਦੀਪਿੰਦਰ ਨੂੰ 19 ਨੂੰ ਕੀਤਾ ਜੀ। ਸਰ ਇਹ ਕੀ ਲੱਗਦਾ ਵੀ ਘਪਲਾ ਕਿੰਨੀ ਅਮਾਊਂਟ ਦਾ ਹੋ ਸਕਦਾ ਅਪਰੋਕਸੀਮੇਟ? ਦੇਖੋ ਜੀ ਆਪਾਂ ਨਾ ਇਸ ਬਾਰੇ ਕੁਛ ਨਹੀਂ ਕਹਿ ਸਕਦੇ, ਜਾਂਚ ਦਾ ਵਿਸ਼ਾ ਇਹ ਹੁਣ, ਕਿਉਂਕਿ ਜਿਵੇਂ ਅਸੀਂ ਡੋਰ ਟੂ ਡੋਰ ਟੀਮਾਂ ਲਾ ਕੇ ਇਕੱਲੇ ਇਕੱਲੇ ਘਰ ਤੋਂ ਜਾ ਕੇ ਪੁੱਛ ਕੇ ਆਏ ਵੀ ਤੁਹਾਡੀ 1,00,000 ਦੀ ਲਿਮਿਟ ਸੀ, ਕਿੰਨੀ ਜ਼ਮੀਨ ਤੁਸੀਂ ਪਲੈਜ ਕਰਾਈ ਸੀ, ਤੁਹਾਡੇ ਕੋਲ ਟੋਟਲ ਲੈਂਡ ਕਿੰਨੀ ਸੀ। ਸਾਡੀ ਕੋਈ ਜਿਹੜੀ ਜਦੋਂ ਲਿਮਿਟ ਬਣਾਉਂਦੇ ਹਾਂ ਤਾਂ ਟੋਟਲ ਲੈਂਡ ਦੀ ਓਨਰਸ਼ਿਪ ਦੇ ਹਿਸਾਬ ਨਾਲ ਬਣਾਉਂਦੇ ਹਾਂ, ਅਤੇ ਜਦੋਂ ਅਸੀਂ ਜਿਹੜੀ ਆਰ ਰਹਿਣ ਕਰਦੇ ਹਾਂ ਉਹ ਆਪਦੀ ਜਿੰਨੀ ਲਿਮਿਟ ਬਣਦੀ ਆ ਉਹਦੇ ਹਿਸਾਬ ਨਾਲ ਕਰਦੇ ਹਾਂ ਵੀ ਕਿੰਨਾ ਸਰਕਾਰੀ ਰੇਟ ਆ ਉਹਦੇ ਹਿਸਾਬ ਨਾਲ ਜੋ ਸਾਨੂੰ ਹਦਾਇਤਾਂ ਨੇ ਉਹਦੇ ਹਿਸਾਬ ਨਾਲ। ਅਤੇ ਹੁਣ ਆਪਾਂ ਇਹ ਕਹਿ ਨਹੀਂ ਸਕਦੇ ਪੱਕੇ ਤੌਰ 'ਤੇ ਵੀ ਕਿੱਥੇ ਜਾਊਗੀ ਗੱਲ, ਕਿਉਂਕਿ ਇਕੱਲੇ ਇਕੱਲੇ ਨੂੰ ਮਿਲੇ ਹਾਂ ਅਸੀਂ ਜਿਨ੍ਹਾਂ ਨੂੰ ਮਿਲ ਲਏ ਅਤੇ ਕਾਫੀ ਲੋਕਾਂ ਨੇ ਕਿਹਾ ਸਾਡੀ ਸਹੀ ਚੱਲ ਰਹੀ ਆ, ਪਰ ਬਹੁਤੀਆਂ ਜਿਹੜੀਆਂ ਫੱਕ ਹੋ ਚੁੱਕੀਆਂ ਜ਼ਮੀਨਾਂ ਅਤੇ ਉਹ ਸਾਡੇ ਕੋਲ ਚੱਲ ਰਹੀਆਂ ਉਹ ਤਾਂ
ਸਿੱਧਾ ਫਰੋਡ ਸਾਡੇ ਨਾਲ। ਇਟ ਮੀਨਸ ਇਹ ਹੋ ਗਿਆ ਸਰ ਹੁਣ ਵੀ ਕਿਸਾਨਾਂ ਦੇ ਤਾਂ ਖਾਤੇ ਉਹ ਮਤਲਬ ਜ਼ੀਰੋ ਹੋ ਗਿਆ ਬੈਲੈਂਸ, ਕਿਸਾਨਾਂ ਕਿਹੜਾ ਜ਼ੀਰੋ ਹੋ ਗਿਆ ਬੈਲੈਂਸ, ਪਰ ਬੈਂਕ ਕੰਨੀ ਉਹ ਪੈਸੇ ਖੜੇ ਨੇ ਜੀ, ਉਹਨਾਂ ਨੇ ਆਪ ਇਸਤੇਮਾਲ ਕਰ ਲਏ ਕਢਾ ਕੇ। ਹਾਂਜੀ ਤੇ ਉਹ ਜਿਹੜੀ ਸਿਕਿਉਰਿਟੀ ਦੇ ਅਗੇਂਸਟ ਉਹਨਾਂ ਨੇ ਸੱਤ ਲਿਮਿਟ ਲਈ ਸੀ, ਉਹ ਸਿਕਿਉਰਿਟੀ ਰੈਵਨਿਊ ਡਿਪਾਰਟਮੈਂਟ 'ਚ ਫੱਕ ਹੋ ਚੁੱਕੀ ਆ, ਉਹ ਕਲੀਅਰ ਹੋ ਚੁੱਕੀ ਆ। ਕੋਈ ਵੀ ਕਿਸਾਨ ਇਸ ਤਰ੍ਹਾਂ ਦਾ ਹੈਗਾ ਵੀ ਜਿਹਦੇ ਫੱਕ ਨਾ, ਉਹ ਜੀ ਜਾਂਚ ਦਾ ਵਿਸ਼ਾ। ਹਾਂ, ਕਿਉਂਕਿ ਹੁਣ ਆਪਾਂ ਜਿਹਨਾਂ ਨੂੰ ਮਿਲ ਰਹੇ ਆ, ਜਿਹਨਾਂ ਨੇ ਆਪਾਂ ਨੂੰ ਦੱਸਤਾ ਵੀ ਸਾਡੇ ਇੰਨੇ ਪੈਸੇ ਖੜੇ ਆ, ਉਹ ਸਾਡੇ ਨਾਲ ਲਿਸਟ ਨਾਲ ਟਿਕ ਕਰ ਗਏ, ਤਾਂ ਇਟ ਮੀਨਸ ਉਹ ਮੈਜੋਰਟੀ ਕਈ ਬੰਦੇ ਹੈਗੇ ਜਿਹਨਾਂ ਦਾ ਵੀ 70-80 ਬੰਦੇ ਤਾਂ ਮਿਲ ਗਏ ਸਾਨੂੰ, ਜਿਹਨਾਂ ਦਾ ਡਾਟਾ ਸਾਡੇ ਨਾਲ ਮੈਚ ਕਰਦਾ, ਸਹੀ ਉਹਨਾਂ ਕਨੀ ਲੋਨ ਲੱਗਦਾ ਤੇ ਸਹੀ ਲਿਮਿਟ ਚੱਲ ਰਹੀ ਹੈ। ਇਹਦੀ ਪੋਸਟ ਅਸਿਸਟੈਂਟ ਮੈਨੇਜਰ ਦੀ ਸੀ ਨਾ? ਹਾਂਜੀ ਹਾਂਜੀ, ਇਹ ਆਪਦੇ ਫਾਦਰ ਦੀ ਜਗ੍ਹਾ ਆਏ ਸੀਗੇ ਜੀ ਕੰਪੈਸ਼ਨੇਟ ਗਰਾਊਂਡ ਤੇ 92 ਦੇ ਵਿੱਚ, ਤੇ ਅਸੀਂ 2000 ਤੋਂ ਇਹਨਾਂ ਦਾ ਰੈਕਡ ਚੈੱਕ ਕੀਤਾ। ਨਹੀਂ, ਅਸਿਸਟੈਂਟ ਮੈਨੇਜਰ ਹੀ ਸਾਡੇ ਜ਼ਿਆਦਾ ਬ੍ਰਾਂਚ ਮੈਨੇਜਰ ਲੱਗੇ ਹੋਏ। ਹਾਂ ਹਾਂਜੀ, ਜ਼ਿਆਦਾਤਰ ਜਿਹੜੇ ਸਾਡੇ ਬ੍ਰਾਂਚ ਮੈਨੇਜਰ ਨੇ ਨਾ ਅਸਿਸਟੈਂਟ ਮੈਨੇਜਰ ਹੀ ਨੇ। ਹਾਂਜੀ, ਸਿਸਟਮ ਦੇ ਵਿੱਚ ਓਪਨ ਰਹਿੰਦਾ ਸੀ ਚੈੱਕ ਬੁੱਕ, ਕਿਉਂਕਿ ਉਹ ਲੋਕ ਉੱਥੇ ਲੰਬਾ ਟਾਈਮ ਇੱਕ ਜਗ੍ਹਾ ਰਹਿ ਗਏ, ਸਾਰੇ ਲੋਕਾਂ ਨਾਲ ਬਣਦੀ ਸੀਗੀ। ਹੁਣ 24 ਸਾਲ ਇੱਕ ਬ੍ਰਾਂਚ ਤੁਸੀਂ ਲਾ ਦਿਓ, ਉੱਥੇ PN, ਉੱਥੇ ਕਲਰਕ, ਉੱਥੇ ਅਕਾਊਂਟੈਂਟ, ਉੱਥੇ ਅਸਿਸਟੈਂਟ ਮੈਨੇਜਰ, ਤਾਂ ਭਰੋਸਾ ਇੰਨਾ ਬਣ ਜਾਂਦਾ ਵੀ ਲੋਕ ਕਹਿੰਦੇ ਵੀ ਸਰ ਸਾਡਾ ਖਾਤਾ ਨਿਲ ਹੋ ਗਿਆ, ਪਟਵਾਰੀ ਕੋਲ ਸਾਡੀ ਜ਼ਮੀਨ ਫੱਕ ਹੋ ਗਈ, ਚੈੱਕ ਬੁੱਕ ਅਤੇ ਪਾਸਬੁੱਕ ਜਮ੍ਹਾਂ ਕਰਾਉਣੀ ਹੁੰਦੀ ਸੀ ਉਹ ਦੇ ਦਿੰਦੇ ਸੀ, ਉਸੇ ਚੈੱਕ ਬੁੱਕ ਨੂੰ ਇਹ ਮਿਸ ਯੂਜ਼ ਕਰ ਲਿਆ। ਉਹਦੇ 'ਚ ਉਸ ਟਾਈਮ ਜਿੱਦਣ ਆਪਾਂ ਪਹਿਲੇ ਦਿਨ ਸਾਰੀਆਂ ਲਿਮਿਟਾਂ ਲੱਭੀਆਂ ਸੀ, ਸਾਡੇ ਕੋਲ 90 ਲੱਖ ਤੱਕ ਦੀ ਅਮਾਊਂਟ ਸੀਗੀ, ਅਤੇ ਫਿਰ ਅਸੀਂ ਉਹਦੇ 'ਚ FIR ਕਿਉਂਕਿ ਕਰਾਉਣੀ ਜ਼ਰੂਰੀ ਸੀਗੀ ਵੀ ਅਮਾਊਂਟ ਜ਼ਿਆਦਾ ਸੀ, ਅਸੀਂ 90 ਲੱਖ ਦੀ ਕਰਾਤੀ, ਅਤੇ ਫਰਦਰ ਜਿਵੇਂ ਜਿਵੇਂ ਆਈ ਜਾਊਗੀ ਅਸੀਂ ਐਡ ਆਊਂ ਸਪਲੀਮੈਂਟਰੀ। ਹਾਂਜੀ, ਅਸੀਂ ਐਡ ਆਊਂ ਕਰਾਵਾਂਗੇ। ਸਾਡੇ ਬੋਰਡ ਨੇ ਸਾਡਾ ਬਹੁਤ ਸਾਥ ਦਿੱਤਾ ਜੀ, ਉਸੇ ਦਿਨ ਹੀ ਸਾਡੇ ਨਾਲ ਗਏ ਆ ਇਹ ਸਾਰੇ।